ਜ਼ਿਲ੍ਹਾ ਮਲੇਰਕੋਟਲਾ ਅਤੇ ਸੰਗਰੂਰ ਦੀ ਹਦੂਦ ਅੰਦਰੋਂ ਪਿੰਡ ਜੈਨਪੁਰ ਤੇ ਢਡੋਗਲ ਨੇੜਿਓਂ ਲੰਘਦੇ ਬਰਸਾਤੀ ਨਾਲੇ 'ਚੋਂ ਗਊ ਦੇ ਅਵਸ਼ੇਸ਼ ਮਿਲਣ ਦੀ ਖਬਰ ਇਲਾਕੇ 'ਚ ਅੱਗ ਵਾਂਗ ਫੈਲਦਿਆਂ ਹੀ ਲੋਕ ਘਟਨਾ ਸਥਾਨ ਤੇ ਇਕੱਠੇ ਹੋਣੇ ਸ਼ੁਰੂ ਹੋ ਗਏ। ਮੀਡੀਆ ਨੂੰ ਜਾਣਕਾਰੀ ਦਿੰਦੇ ਪਿੰਡ ਬਨਪੂਰਾ ਦੇ ਕਿਸਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਸਵੇਰੇ ਆਪਣੇ ਨੇੜਲੇ ਖੇਤਾਂ ਵਿੱਚ ਗੇੜਾ ਮਾਰਨ ਆਇਆ ਤਾਂ ਵੱਡੀ ਮਾਤਰਾ 'ਚ ਗਊ ਅਵਸ਼ੇਸ਼ ਨਾਲੇ ਵਿੱਚ ਤੈਰਦੇ ਦੇਖੇ। ਉਸ ਉਪਰੰਤ ਪਿੰਡ ਦੇ ਪਰਮਿੰਦਰ ਤੇ ਗੋਲਡੀ ਬਨਪੂਰਾ ਨੂੰ ਵੀ ਦੱਸਿਆ, ਤੁਰੰਤ ਪੁਲਿਸ ਨੂੰ ਵੀ ਸੂਚਿਤ ਕੀਤਾ ਜਾਂਦਾ ਹੈ। ਘਟਨਾ ਥਾਂ ਤੇ ਪਹੁੰਚੇ ਗਊ ਰਕਸ਼ਾ ਦਲ ਦੇ ਕੌਮੀ ਪ੍ਰਧਾਨ ਹਰੀਸ਼ ਸਿੰਗਲਾ, ਸ਼ਿਵ ਸੈਨਾ ਵਾਲ ਠਾਕਰੇ, ਸਟੇਟ ਪ੍ਰਧਾਨ ਸਤੀਸ਼ ਕੁਮਾਰ, ਬਜਰੰਗ ਦਲ ਦੇ ਆਗੂ ਹਿਤੇਸ਼ ਭਾਰਤਵਾਜ, ਮਨੋਜ ਸ਼ਰਮਾ, ਕ੍ਰਿਸ਼ਨ, ਅਮਰਗੜ੍ਹ ਦੇ ਪ੍ਰਧਾਨ ਪ੍ਰਿੰਸ ਜੋਸ਼ੀ ਆਦਿ ਨੇ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋਂ ਗਊ ਹੱਤਿਆ ਕਰਨ ਵਾਲੇ ਦੋਸ਼ੀਆਂ ਦੀ ਜਲਦ ਭਾਲ ਕਰਕੇ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜਾਵਾਂ ਦੇਣ ਦੀ ਮੰਗ ਕੀਤੀ ਹੈ। ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਦੇ ਨਾਲ ਅਮਰਗੜ੍ਹ ਤੋਂ ਰਣਜੀਤ ਸਿੰਘ, ਗੀਗਾ ਮਾਜਰਾ ਦੀ ਖਾਸ ਰਿਪੋਰਟ। ਹਰੀਸ਼ ਸਿੰਗਲਾ, ਸਟੇਟ ਪ੍ਰੈਜ਼ੀਡੈਂਟ, ਸ਼ਿਵ ਸੈਨਾ ਬਾਲ ਠਾਕਰੇ। ਅੱਜ ਇੱਥੇ ਆਏ ਹੋ ਜਿਹੜਾ ਤੁਸੀਂ ਗਊਆਂ ਦੇ ਕੱਟੇ ਹੋਏ ਅੰਗ ਮਿਲੇ ਨੇ, ਕੀ ਕਹਿਣਾ ਚਾਹੁੰਦੇ? ਮੈਂ ਕਹਿਣਾ ਚਾਹਾਂਗਾ, ਪੰਜਾਬ 'ਚ ਕੋਈ ਵੀ ਸਰਕਾਰ ਰਹੀ ਹੋਵੇ, ਚਾਹੇ ਅਕਾਲੀ ਭਾਜਪਾ ਸਰਕਾਰ ਰਹੀ, ਚਾਹੇ ਕਾਂਗਰਸ ਰਹੀ, ਚਾਹੇ ਹੁਣ ਆਮ ਆਦਮੀ ਪਾਰਟੀ ਸਰਕਾਰ ਹੈ, ਪਰ ਪੰਜਾਬ ਦੇ ਵਿੱਚ ਗਊ ਹੱਤਿਆ ਅਤੇ ਗਊ ਤਸਕਰੀ ਕਦੇ ਵੀ ਬੰਦ ਹੋਣ ਦਾ ਨਾਮ ਨਹੀਂ ਲੈ ਰਹੀ। ਔਰ ਬੜੇ ਹੀ ਅਫਸੋਸ ਦੀ ਗੱਲ ਹੈ ਕਿ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਹਲਕਾ ਹੋਵੇ ਅਤੇ ਉੱਥੇ ਸਰਿਆਮ ਦੋ ਜਗ੍ਹਾ ਦੇ ਉੱਪਰ ਅੱਜ ਗਊ ਕਤਲ ਹੋਇਆ। ਇੱਕ ਜੈਨਪੁਰ ਪਿੰਡ ਦੇ ਵਿੱਚ, ਜ਼ਿਲ੍ਹਾ ਮਲੇਰਕੋਟਲਾ ਦੇ ਵਿੱਚ ਪੈਂਦਾ ਅਤੇ ਢਕੋਗਲਾ ਪਿੰਡ ਪੈ ਰਿਹਾ ਧੂਰੀ ਦੇ ਵਿੱਚ ਕਹਿੰਦਾ ਕਿ ਦੋਨੋਂ ਜਗ੍ਹਾ ਦੇ ਉੱਪਰ ਬੜੀ ਬੁਰੀ ਤਰ੍ਹਾਂ ਗਊ ਕਤਲ ਸਰਿਆਮ ਕੀਤਾ ਗਿਆ। ਇਸ ਦੇ ਲਈ ਅਸੀਂ ਮਾਨ ਸਾਹਿਬ ਤੋਂ ਮੰਗ ਕਰਦੇ ਹਾਂ ਕਿ ਜਿਹੜੀ ਅਸੀਂ ਇੱਕ ਕਾਨੂੰਨ ਪਾਸ ਕਰਾਇਆ ਗਿਆ ਕਿ ਗਊ ਤਸਕਰਾਂ ਨੂੰ 10 ਸਾਲ ਦੀ ਸਜ਼ਾ ਹੋਣੀ ਚਾਹੀਦੀ, ਉਹਦੀ ਨੋਟੀਫਿਕੇਸ਼ਨ ਜਲਦ ਜਾਰੀ ਕਰਨ। ਇੱਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਉੱਪਰ ਪੰਜਾਬ ਦੇ ਵਿੱਚ 302 ਦਾ ਮੁਕੱਦਮਾ ਦਰਜ ਕੀਤਾ ਜਾਂਦਾ ਹੈ, ਤਾਂ ਗਊ ਹੱਤਿਆ 'ਤੇ ਕਿਉਂ ਨਹੀਂ ਕੀਤਾ ਜਾਂਦਾ? ਗਊ ਹੱਤਿਆਰਿਆਂ ਦੇ ਉੱਪਰ ਵੀ 302 ਦਾ ਮੁਕੱਦਮਾ ਦਰਜ ਹੋਣਾ ਚਾਹੀਦਾ। ਇੱਥੇ ਸਾਰੇ ਅਫਸਰਾਂ ਦੇ ਨਾਲ ਗੱਲ ਹੋਈ, ਆਈ ਜੀ ਸਾਹਿਬ ਨਾਲ, SSP ਸਾਹਿਬ ਨਾਲ, ਦੋਨਾਂ ਨਾਲ, ਅਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਜਲਦੀ ਤੋਂ ਜਲਦੀ ਕਹਿੰਦਾ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਦੇਵਾਂਗੇ। ਇੱਕ CM ਦਾ ਇੱਕ ਜ਼ਿਲ੍ਹਾ ਹੋਵੇ, ਉਹਦੀ ਕੌਂਸਟੀਚੁਐਂਸੀ ਹੋਵੇ, ਉਹਦੇ ਅੰਦਰ ਐਡਾ ਵੱਡਾ ਪਾਪ ਹੁੰਦਾ ਹੋਵੇ, ਬੜੀ ਸ਼ਰਮ ਦੀ ਗੱਲ ਹੈ। ਇੱਕ ਪਾਸੇ ਤਾਂ ਕਿਹਾ ਜਾਂਦਾ ਬਈ ਕੱਟੜ ਇਮਾਨਦਾਰ ਸਰਕਾਰ, ਕੱਟੜ ਇਮਾਨਦਾਰ ਪੁਲਿਸ ਅਫਸਰ ਲਾਇਆ, ਪਰ ਜਿੰਨੀ ਗਊ ਤਸਕਰੀ ਇਸ ਜ਼ਿਲ੍ਹੇ 'ਚ ਹੁੰਦੀ ਹੈ ਸ਼ਾਇਦ ਪੂਰੇ ਪੰਜਾਬ 'ਚ ਨਹੀਂ ਹੁੰਦੀ। ਪਿਛਲੇ 15-20 ਦਿਨਾਂ 'ਚ 2 ਟਰੱਕ ਪਕੜੇ ਆ ਸੀ ਜਿਹੜੇ ਸੰਗਰੂਰ ਜ਼ਿਲ੍ਹੇ 'ਚੋਂ ਹੀ ਭਰ ਕੇ ਗਏ। ਇਹ ਵੀ ਸੰਗਰੂਰ ਜ਼ਿਲ੍ਹੇ ਦੇ ਅੰਦਰ ਇਹ ਬੈਠਦੀ ਹੈ ਜਗ੍ਹਾ ਜਿੱਥੇ ਗਊਆਂ ਦਾ ਕਤਲ ਹੋਇਆ। ਕੀ ਪੁਲਿਸ ਨੂੰ ਦਿਖਦਾ ਨਹੀਂ ਵੀ ਐਡਾ ਜ਼ੁਲਮ ਹੋ ਰਿਹਾ? ਉਹ ਸੁੱਤੀ ਪਈ ਹੈ ਪੁਲਿਸ। ਅਸੀਂ ਹੁਣ ਬਰਦਾਸ਼ਤ ਤੋਂ ਬਾਹਰ ਹੈ। ਅਸੀਂ ਪੂਰੇ ਪੰਜਾਬ ਦੇ ਅੰਦਰ ਸਾਰੇ ਹਿੰਦੂ ਸੰਗਠਨਾਂ ਨੂੰ, ਗਊ ਭਗਤਾਂ ਨੂੰ, ਜਿਹੜੇ ਗਊ ਨੂੰ ਮੰਨਣ ਵਾਲੇ ਆ, ਸਾਰਿਆਂ ਨੂੰ ਇਕੱਠਾ ਕਰਾਂਗੇ, ਸਰਕਾਰ ਦੇ ਖਿਲਾਫ਼ ਜੰਮ ਕੇ ਪ੍ਰਦਰਸ਼ਨ ਕਰਾਂਗੇ। ਕਿਉਂਕਿ ਕਈ ਵਾਰ ਪਿਛਲੇ 15-20 ਦਿਨ ਪਹਿਲਾਂ 11 ਬਲਦਾਂ ਦੀ ਮੌਤ, ਇੱਥੇ ਲਾਸ਼ਾਂ ਸਿੱਟ ਕੇ ਗਏ ਸੀ, ਉਹ ਦੋਸ਼ੀਆਂ ਨੂੰ ਮੈਂ ਪਕੜਾਇਆ ਸੀ। ਅੱਜ ਸਾਰੇ ਦੋਸ਼ੀ ਬਾਹਰ ਬੈਠੇ ਆ। ਬੜੀ ਢਿੱਲ ਮੁੱਠ ਜਿਹੜੀ ਕਾਰਵਾਈ ਆ ਪੁਲਿਸ ਦੀ। ਬਹੁਤ ਦੁਖਦਾਈ ਘਟਨਾ ਹੈਗਾ ਇਹ, ਜਿਹੜੀ ਰਾਤ ਬਰਾਤੇ ਕੋਈ ਹਨੇਰੇ ਦੇ ਵਿੱਚ, ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਜਿਵੇਂ ਟੈਂਪੂ ਭਰ ਕੇ ਕੋਈ ਗਾਵਾਂ ਦੇ ਗਲ ਵੱਢ ਕੇ ਉਹ ਇੱਥੇ ਸਿੱਟ ਗਿਆ। ਇਹ ਲੋਕਾਂ ਨੂੰ ਭੜਕਾਉਣ ਦੇ ਵਾਸਤੇ ਹੀ ਇਹੋ ਜਿਹਾ ਕੰਮ ਕਰਦੇ, ਸ਼ਰਾਰਤੀ ਅਨਸਰਾਂ ਦਾ ਕੰਮ ਹੈ ਇਹ। ਅਤੇ ਲੋਕਾਂ ਨੂੰ ਵੀ ਅਪੀਲ ਹੈਗੀ ਵੀ ਸਾਡੇ ਇਲਾਕੇ ਦੇ ਵਿੱਚ ਬੜੀ ਸ਼ਾਂਤੀ ਹੈਗੀ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ, ਪਰ ਜਿਹੜੇ ਇਹ ਇਸ ਤਰ੍ਹਾਂ ਦੇ ਗਲਤ ਅਨਸਰ ਦੁਨੀਆ ਨੂੰ ਭੜਕਾਉਣ ਔਰ ਦੰਗੇ ਭੜਕਾਉਣ ਦਾ ਕੰਮ ਕਰਨ ਵਾਸਤੇ ਮੇਨ ਰੋਲ ਅਦਾ ਕਰਦੇ ਹੈ, ਮੈਂ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਚਾਹਾਂਗਾ ਵੀ ਇਹਨਾਂ ਦੀ ਘੋਖ ਕਰਨੀ ਚਾਹੀਦੀ ਹੈ ਜ਼ਰੂਰ, ਅਤੇ ਨਹੀਂ ਤਾਂ ਇਹ ਅੱਗੇ ਕੰਮ ਵੱਧਦਾ ਵੱਧਦਾ ਫਿਰ ਹਿੰਦੂ ਸਿੱਖ ਦੇ ਵਿੱਚ ਇਹ ਗੱਲ ਜਾਂਦੀ ਹੈ ਅਤੇ ਧਰਮਾਂ ਦੇ ਪ੍ਰਤੀ ਗੱਲ ਉੱਠਦੀ ਹੈ। ਇਹ ਹੈ ਪਤਾ ਨਹੀਂ ਕੌਣ ਸ਼ਰਾਰਤੀ ਅਨਸਰ ਹੈ ਜਿਹੜਾ ਇਸ ਤਰ੍ਹਾਂ ਦਾ ਕੰਮ ਘਟੀਆ ਕਰਕੇ ਗਿਆ। ਬਹੁਤ ਘਟੀਆ ਹਰਕਤ ਆ, ਸਾਡੇ ਇਲਾਕੇ ਦੇ ਵਿੱਚ ਇਹ ਪਹਿਲੀ ਵਾਰੀ ਇਸ ਤਰ੍ਹਾਂ ਦਾ ਹੋਇਆ ਕਿ ਬੋਰੀਆਂ ਦੇ ਵਿੱਚ ਵੀ ਸਿਰ ਪਾਏ ਹੋਏ ਨੇ ਗਾਵਾਂ ਦੇ, ਅਤੇ ਉਸ ਤਰ੍ਹਾਂ ਵੀ ਪਏ ਨੇ। ਦੇਖੋ ਹੁਣ ਬਦਬੂ ਮਾਰਨ ਲੱਗ ਗਈ ਹੈ, ਸਾਰੇ ਲੋਕ ਆਪਣੇ ਆਲੇ ਦੁਆਲੋਂ ਆ ਕੇ ਦੇਖ ਰਹੇ ਨੇ। ਮਾੜੀ ਹਰਕਤ ਹੈ ਜਿਹਨੇ ਵੀ ਕੀਤੀ। ਅਸੀਂ 6:30 ਵਜੇ ਜਦੋਂ ਗੇੜਾ ਮਾਰਨ ਆਏ, ਜਦੋਂ ਆ ਕੇ ਅਸੀਂ ਦੇਖਿਆ ਵੀ ਇਹ ਤਾਂ ਗਊਆਂ ਦੇ ਸਿਰ ਵਗੈਰਾ ਪਏ ਨੇ, ਫਿਰ ਮੈਂ ਜਾ ਕੇ ਸਾਡੇ ਮਿੰਟੂ ਸਾਹੀ ਜੀ ਇਹਨਾਂ ਨੂੰ ਫੋਨ ਕਰਿਆ, ਫਿਰ ਇਹਨਾਂ ਲੱਗੇ ਕਰਿਆ ਵੀ ਆਪਾਂ ਪਹਿਲਾਂ ਤਸੱਲੀ ਕਰ ਲਓ ਵੀ ਗਾਈਆਂ ਦੀ ਨਾ ਕੀ ਨੇ, ਵੀ ਸਾਰਾ ਪਤਾ ਕਿ ਬਹੁਤ ਇਹ ਮਾੜੀ ਘਟਨਾ ਜਦੋਂ ਸਾਰਿਆਂ ਨੇ ਆ ਕੇ ਦੇਖੀ ਹੈ ਵੀ ਗਊਆਂ ਦੇ 8-10 ਦੇ 12-15 ਗਊਆਂ ਲੱਗਦੀਆਂ ਨੇ ਵੀ ਪਈਆਂ ਨੇ, ਬਹੁਤ ਮੰਦਭਾਗੀ ਘਟਨਾ। ਅਜੇ ਸਵੇਰ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਵੀ ਇੱਥੇ ਜਿਹੜਾ ਜੈਨਪੁਰ ਨੂੰ ਰਾਹ ਜਾਂਦਾ ਹੈਗਾ ਬਨਪੋਰੇ ਤੋਂ, ਉੱਥੇ ਸੂਏ ਦੇ ਵਿੱਚ ਵੀ ਗਊਆਂ ਦੇ ਅਵਸ਼ੇਸ਼ ਕੁਛ ਮਿਲੇ ਨੇ। ਮੌਕੇ 'ਤੇ SHO ਸਾਹਿਬ ਪਹੁੰਚਿਆ, ਮੈਂ ਪਹੁੰਚਿਆ ਹੈਗਾ, ਹੈਗੇ ਨੇ ਕਿ ਅਵਸ਼ੇਸ਼ ਕੁਛ ਸਿਰ ਕੱਟੇ ਹੋਏ ਮਿਲੇ ਨੇਗੇ ਗਊਆਂ ਦੇ, ਅਤੇ ਪ੍ਰੇਮਾ ਫਸਾਈ ਇਹ ਕਲਾਓ ਕਾਓ
ਸਲੋਟਰ ਦਾ ਹੈਗਾ ਮਾਮਲਾ, ਅਸੀਂ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਕਰ ਰਹੇ ਹਾਂ। ਕਿੰਨੇ ਕੁ ਗਾਵਾਂ ਹੋ ਸਕਦੀਆਂ ਨੇ ਜਿਹੜੀਆਂ ਕੱਟੀਆਂ? ਹੁਣ ਤੱਕ ਦੇਖਣ ਤੋਂ 7 ਤੋਂ 8 ਗਾਵਾਂ ਦਾ ਸਾਨੂੰ ਲੱਗ ਰਿਹਾ ਕਿ ਵੀ ਹੈਗੇ, ਬਾਕੀ ਕੁਛ ਬੋਰੇ ਬੰਦ ਪਏ ਨੇ, ਉਹ ਡਾਕਟਰ ਸਾਹਿਬ ਆ ਰਹੇ ਨੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਕੱਢ ਕੇ ਸਾਰਾ ਕੁਛ ਅੱਗੇ ਕਾਰਵਾਈ ਕਰਦੇ। ਸਰ ਕਿੰਨੇ ਕੁ ਵਜੇ ਦਾ ਹੈਗਾ ਇਹ? ਦੇਖੋ ਸਾਨੂੰ ਜਿਹੜੀ ਇਨਫੋਰਮੇਸ਼ਨ ਆਈ ਹੈ, ਸਵੇਰੇ ਇੱਕ ਜ਼ਿਮੀਂਦਾਰ ਇੱਧਰ ਨੂੰ ਜਾ ਰਿਹਾ ਸੀਗਾ ਇਸ ਵਕਤ 6:30 ਵਜੇ, ਅਤੇ ਸਾਨੂੰ ਉਮੀਦ ਹੈ ਕਿ ਵੀ ਇਹ 12 ਵਜੇ ਤੋਂ ਬਾਅਦ ਦਾ ਹੀ ਰਾਤ ਦਾ ਕੰਮ ਆ, ਕਿਉਂਕਿ ਇਹੋ ਜਿਹਾ ਕੰਮ ਜਿਹੜਾ ਹੈਗਾ ਬੰਦਾ ਮੂੰਹ ਨੇਰੇ ਜਾਂ ਚੋਰੀ ਛੁਪੀ ਕਰਦਾ। ਕੀ ਲੱਗਦਾ ਮੁੱਢਲੀ ਜਾਣਕਾਰੀ ਤੁਹਾਨੂੰ ਦੇਖਿਆ ਹੋਣਾ ਵੀ ਕੀ ਮਕਸਦ ਸੀਗਾ ਬੰਦੇ ਦਾ ਇਹ ਕਰਨ ਦਾ? ਕੀ ਮੁੱਢਲੀ ਤਾਂ ਜੀ ਕਾਊਸ ਲੋਟਰੀ ਹੈਗਾ ਕਿ ਵੀ ਗਾਵਾਂ ਵੱਢ ਕੇ ਕਈ ਬੰਦੇ ਜਿਹੜੇ ਹੈਗੇ ਆ ਸ਼ਰਾਰਤੀ ਤੱਤੋਂ ਵੇਚਦੇ ਹੈਗੇ ਆ ਇਹਨਾਂ ਦਾ ਮੀਟ ਵਗੈਰਾ, ਅਤੇ ਸਾਡੀ ਨੱਥ ਪਾਉਣ ਦੀ ਉਹਨਾਂ ਨੂੰ ਪੂਰੀ ਕੋਸ਼ਿਸ਼ ਆ, ਅਤੇ ਅਸੀਂ ਛੇਤੀ ਟਰੇਸ ਕਰਾਂਗੇ।